ਆਪਣਾ ਟੋਲ ਪਲਾਜ਼ਾ ਸਰ 20 ਤਰੀਕ ਨੂੰ ਬੰਦ ਹੋਇਆ ਸੀ, 20 ਫਰਵਰੀ ਨੂੰ ਬੰਦ ਹੋਇਆ ਸੀ 11 ਵਜੇ ਸਵੇਰੇ, ਤਾਂ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ ਸੀ। ਔਰ 22 ਤਰੀਕ ਤੱਕ ਉਹਨਾਂ ਦੀ ਪਹਿਲਾਂ ਕਾਲ ਸੀਗੀ, ਪਰ 22 ਨੂੰ ਜਦੋਂ ਚੰਡੀਗੜ੍ਹ ਮੀਟਿੰਗ ਹੋਈ ਹੈ ਉਸ ਤੋਂ ਉਪਰੰਤ ਜਿਹੜਾ ਆ ਸ਼ਾਮ ਨੂੰ ਇੱਥੇ ਕਿਸਾਨ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਕਿ ਜੋ ਢਿਲਵਾ ਟੋਲ ਪਲਾਜ਼ਾ ਹੈ ਜਦ ਤੱਕ ਕੇਂਦਰ ਸਰਕਾਰ ਫੈਸਲਾ ਨਹੀਂ ਸੁਣਾਉਂਦੀ ਉਦੋਂ ਤੱਕ ਜਿਹੜਾ ਆ ਕਿ ਟੋਲ ਪਲਾਜ਼ਾ ਬੰਦ ਰੱਖਿਆ ਜਾਊਗਾ। ਔਰ ਅਨਦਰ ਜਿਹੜੇ ਹੈਗੇ ਕੋਈ ਲਾਗੇ ਚਾਲੂ ਹੈਗੇ ਟੋਟਲ? ਜੀ ਸਰ, ਹਾਂ, ਆਪਣਾ ਜੋ ਲਾਗੇ ਨਿੱਜਰਪੁਰ ਟੋਲ ਪਲਾਜ਼ਾ ਹੈ ਉਹ ਚਾਲੂ ਹੋ ਗਿਆ ਸੀ ਆਪਣਾ ਕੱਲ੍ਹ 12 ਵਜੇ ਰਾਤੀ, ਔਰ ਲਾਡੋਵਾਲ ਟੋਲ ਪਲਾਜ਼ਾ ਸੀ ਜਿਹੜਾ ਅੱਗੇ ਇਸੇ ਆਪਣੀ ਹਾਈਵੇ 'ਤੇ ਪੈਂਦਾ ਉਹ ਵੀ ਚਾਲੂ ਹੋ ਗਿਆ। ਤਾਂ ਡਿਲੀਗੇਸ਼ਨ ਕਿਹੜੀ ਪੈਂਦੀ ਹੈ ਚਲਵਾਂ ਦੀ? ਇਹ ਸਰ ਆਪਣਾ ਡਿਸਟ੍ਰਿਕਟ ਕਪੂਰਥਲਾ ਪੈਂਦਾ ਆ, ਰੋਡ ਰੋਡ ਆਪਣਾ ਜਲੰਧਰ ਟੂ ਅੰਮ੍ਰਿਤਸਰ ਨੈਸ਼ਨਲ ਹਾਈਵੇ। ਨੈਕਸਟ ਫਰਦਰ ਕੋਈ ਹੈਗੀ ਇਨਫੋਰਮੇਸ਼ਨ ਕਿ ਕਦੋਂ ਤੱਕ ਇਹ ਸ਼ੁਰੂ ਹੋ ਰਿਹਾ? ਸਰ ਅਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਨਹੀਂ ਹੈ, ਅਜੇ ਤੱਕ ਕਿਸਾਨਾਂ ਵੱਲੋਂ ਕਾਲ ਹੈ ਕਿ ਜਦ ਤੱਕ ਅਗਲੀ ਕੋਈ ਫਰਦਰ ਇਨਫੋਰਮੇਸ਼ਨ ਕੋਈ ਐਸੀ ਉਹਨਾਂ ਵੱਲੋਂ ਅਨਾਊਂਸਮੈਂਟ ਨਹੀਂ ਕੀਤੀ ਜਾਂਦੀ ਤਦ ਤੱਕ ਤੁਸੀਂ ਆਪਣਾ ਟੋਲ ਪਲਾਜ਼ਾ ਜੋ ਹੈ ਬੰਦ ਰੱਖੋਗੇ, ਔਰ ਉਹਨਾਂ ਦੁਆਰਾ ਜਿਹੜਾ ਟਰਾਲੀ ਵਗੈਰਾ ਦਾ ਵਿੱਚ ਲਗਾਈਆਂ ਹੋਈਆਂ ਨੇ ਲੇਨ ਆਪਣਾ ਏਰੀਆ ਦੇ ਵਿੱਚ, ਔਰ ਇਸ ਕਰਕੇ ਅਸੀਂ ਉਹਨੂੰ ਮਤਲਬ ਨਹੀਂ ਚਲਾ ਸਕਦੇ, ਓਪਰੇਟ ਨਹੀਂ ਕਰ ਪਾ ਰਹੇ। ਡੇਲੀ ਕਲੈਕਸ਼ਨ ਸਰ ਕਿੰਨੀ ਦੇ? ਸਰ। ਡੇਲੀ ਕਲੈਕਸ਼ਨ ਹੋਈ ਆਪਣੀ ਇਹਦੀ ਆਪਣਾ 13-14 ਦੇ ਕਰੀਬ ਜਾ ਰਹੀ ਹੈ, 13-15 ਲੱਖ ਦੇ ਵਿੱਚ ਜਿਹੜੀ ਹੈ ਉਹ ਕਲੈਕਸ਼ਨ ਜਾ ਰਹੀ ਸੀ। ਠੀਕ ਹੈ, ਤੇ ਹੁਣ ਕਿੰਨੇ ਦਿਨ ਹੋ ਗਏ ਇਹਨੂੰ ਬੰਦ ਨੂੰ? ਹੁਣ ਦੇਖੋ ਤੁਸੀਂ 20 ਤਰੀਕ ਸਵੇਰੇ 11 ਵਜੇ ਤੋਂ ਬੰਦ ਹੈ ਹੁਣ ਤੱਕ। ਛੇ ਦਿਨ ਜੀ ਹੋ ਗਏ। ਜੀ ਠੀਕ ਹੈ, ਇਹਦੇ ਵਿੱਚ ਕਿੰਨਾ ਕੁ ਆਪਾਂ ਲੋਸ ਕਹਿ ਸਕਦੇ ਟੋਲ ਦਾ? ਸਰ ਲੋਸ ਤਾਂ ਦੇਖੋ ਹੋ ਹੀ ਰਿਹਾ, ਕੰਪਨੀ ਕੋਈ ਵੀ ਟੈਂਡਰ ਲੈਂਦੀ ਹੈ ਕੋਈ ਵੀ ਪ੍ਰੋਜੈਕਟ ਲੈਂਦੀ ਹੈ ਉਹ ਪ੍ਰੋਫਿਟ ਦੇ ਲਈ ਲਿਆ ਜਾਂਦਾ ਹੈ, ਔਰ ਉਹਦੇ 'ਚ ਕੀ ਹੈ ਕਿ ਲੋਸਿਸ ਤਾਂ ਹੁੰਦੇ ਹੀ ਨੇ, ਮਤਲਬ ਸਰਕਾਰ ਨੂੰ ਵੀ ਲੋਸ ਹੁੰਦਾ ਆ, ਗਵਰਨਮੈਂਟ ਨੂੰ, ਔਰ ਉਹਦੇ 'ਚ ਕੰਪਨੀ ਨੂੰ ਵੀ ਲੋਸ ਹੀ ਹੈ। ਜਿੱਦਾਂ ਮੈਨੂੰ ਕਿ ਹੁਣ ਮੈਂ ਜੀ 6 ਦਿਨਾਂ ਦੇ ਹਿਸਾਬ ਨਾਲ ਪੁੱਟੀਏ ਕਿੰਨਾ ਕਲੋਸ ਹੋਣ ਤੱਕ ਰਹਿੰਦਾ? ਸਰ ਤੁਸੀਂ 15 ਲੱਖ ਦੇ ਮਤਲਬ ਅਪਰੋਕਸ ਜੋ ਮੈਂ ਕਿਹਾ ਹੈਗਾ ਉਸ ਦੇ ਅਕੋਰਡਿੰਗ ਤੁਸੀਂ ਉਹ ਲਗਾ ਲਓ ਤੇ ਉਹਨਾਂ ਲੋਸ ਆ। ਆਪਣਾ ਟੋਲ ਪਲਾਜ਼ਾ ਸਰ 20 ਤਰੀਕ ਨੂੰ ਬੰਦ ਹੋਇਆ ਸੀ, 20 ਫਰਵਰੀ ਨੂੰ ਬੰਦ ਹੋਇਆ ਸੀ 11 ਵਜੇ ਸਵੇਰੇ, ਤਾਂ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ ਸੀ, ਔਰ 22 ਤਰੀਕ ਤੱਕ ਉਹਨਾਂ ਦੀ ਪਹਿਲਾਂ ਕਾਲ ਸੀਗੀ, ਪਰ 22 ਨੂੰ ਜਦੋਂ ਚੰਡੀਗੜ੍ਹ ਮੀਟਿੰਗ ਹੋਈ ਹੈ ਉਸ ਤੋਂ ਉਪਰੰਤ ਜਿਹੜਾ ਆ ਸ਼ਾਮ ਨੂੰ ਇੱਥੇ ਕਿਸਾਨ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਕਿ ਜੋ ਢਿਲਵਾ ਟੋਲ ਪਲਾਜ਼ਾ ਹੈ ਜਦ ਤੱਕ ਕੇਂਦਰ ਸਰਕਾਰ ਫੈਸਲਾ ਨਹੀਂ ਸੁਣਾਉਂਦੀ ਉਦੋਂ ਤੱਕ ਜਿਹੜਾ ਆ ਕਿ ਟੋਲ ਪਲਾਜ਼ਾ ਬੰਦ ਰੱਖਿਆ ਜਾਊਗਾ। ਔਰ ਅਨਦਰ ਜਿਹੜੇ ਹੈਗੇ ਕੋਈ ਲਾਗੇ ਚਾਲੂ ਹੈਗੇ ਟੋਟਲ? ਜੀ ਸਰ, ਹਾਂ, ਆਪਣਾ ਜੋ ਲਾਗੇ ਨਿੱਜਰਪੁਰ ਟੋਲ ਪਲਾਜ਼ਾ ਹੈ ਉਹ ਚਾਲੂ ਹੋ ਗਿਆ ਸੀ ਆਪਣਾ ਕੱਲ੍ਹ 12 ਵਜੇ ਰਾਤੀ, ਔਰ ਲਾਡੋਵਾਲ ਟੋਲ ਪਲਾਜ਼ਾ ਸੀ ਜਿਹੜਾ ਅੱਗੇ ਇਸੇ ਆਪਣੀ ਹਾਈਵੇ 'ਤੇ ਪੈਂਦਾ ਉਹ ਵੀ ਚਾਲੂ ਹੋ ਗਿਆ। ਤਾਂ ਡਿਲੀਗੇਸ਼ਨ ਕਿਹੜੀ ਪੈਂਦੀ ਹੈ ਚਲਵਾਉਣ ਦੀ? ਇਹ ਸਰ ਆਪਣਾ ਡਿਸਟ੍ਰਿਕਟ ਕਪੂਰਥਲਾ ਪੈਂਦਾ ਆ, ਰੋਡ ਰੋਡ ਆਪਣਾ ਜਲੰਧਰ ਟੂ ਅੰਮ੍ਰਿਤਸਰ ਨੈਸ਼ਨਲ ਹਾਈਵੇ। ਨੈਕਸਟ ਫਰਦਰ ਕੋਈ ਹੈਗੀ ਇਨਫੋਰਮੇਸ਼ਨ ਕਿ ਕਦੋਂ ਤੱਕ ਇਹ ਸ਼ੁਰੂ ਹੋ ਰਿਹਾ? ਸਰ ਅਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਨਹੀਂ ਹੈ, ਅਜੇ ਤੱਕ ਕਿਸਾਨਾਂ ਵੱਲੋਂ ਕਾਲ ਹੈ ਕਿ ਜਦ ਤੱਕ ਅਗਲੀ ਕੋਈ ਫਰਦਰ ਇਨਫੋਰਮੇਸ਼ਨ ਕੋਈ ਐਸੀ ਉਹਨਾਂ ਵੱਲੋਂ ਅਨਾਊਂਸਮੈਂਟ ਨਹੀਂ ਕੀਤੀ ਜਾਂਦੀ ਤਦ ਤੱਕ ਤੁਸੀਂ ਆਪਣਾ ਟੋਲ ਪਲਾਜ਼ਾ ਜੋ ਹੈ ਬੰਦ ਰੱਖੋਗੇ, ਔਰ ਉਹਨਾਂ ਦੁਆਰਾ ਜਿਹੜਾ ਟਰਾਲੀ ਵਗੈਰਾ ਦਾ ਵਿੱਚ ਲਗਾਈਆਂ ਹੋਈਆਂ ਨੇ ਲੇਨ ਆਪਣਾ ਏਰੀਆ ਦੇ ਵਿੱਚ, ਔਰ ਇਸ ਕਰਕੇ ਅਸੀਂ ਉਹਨੂੰ ਮਤਲਬ ਨਹੀਂ ਚਲਾ ਸਕਦੇ, ਓਪਰੇਟ ਨਹੀਂ ਕਰ ਪਾ ਰਹੇ। ਡੇਲੀ ਕਲੈਕਸ਼ਨ ਸਰ ਕਿੰਨੀ ਦੇ? ਸਰ ਡੇਲੀ ਕਲੈਕਸ਼ਨ ਹੋਈ ਆਪਣੀ ਇਹਦੀ ਆਪਣਾ 13-14 ਦੇ ਕਰੀਬ ਜਾ ਰਹੀ ਹੈ, 13-15 ਲੱਖ ਦੇ ਵਿੱਚ ਜਿਹੜੀ ਹੈ ਉਹ ਕਲੈਕਸ਼ਨ ਜਾ ਰਹੀ ਸੀ। ਠੀਕ ਹੈ, ਤੇ ਹੁਣ ਕਿੰਨੇ ਦਿਨ ਹੋ ਗਏ ਇਹਨੂੰ ਬੰਦ ਨੂੰ? ਹੁਣ ਦੇਖੋ ਤੁਸੀਂ 20 ਤਰੀਕ ਸਵੇਰੇ 11 ਵਜੇ ਤੋਂ ਬੰਦ ਹੈ ਹੁਣ ਤੱਕ। ਛੇ ਦਿਨ ਜੀ ਹੋ ਗਏ। ਜੀ ਠੀਕ ਹੈ, ਇਹਦੇ ਵਿੱਚ ਕਿੰਨਾ ਕੁ ਆਪਾਂ ਲੋਸ ਕਹਿ ਸਕਦੇ ਟੋਲ ਦਾ? ਸਰ ਲੋਸ ਤਾਂ ਦੇਖੋ ਹੋ ਹੀ ਰਿਹਾ, ਕੰਪਨੀ ਕੋਈ ਵੀ ਟੈਂਡਰ ਲੈਂਦੀ ਹੈ ਕੋਈ ਵੀ ਪ੍ਰੋਜੈਕਟ ਲੈਂਦੀ ਹੈ ਉਹ ਪ੍ਰੋਫਿਟ ਦੇ ਲਈ ਲਿਆ ਜਾਂਦਾ ਹੈ, ਔਰ ਉਹਦੇ 'ਚ ਕੀ ਹੈ ਕਿ ਲੋਸਿਸ ਤਾਂ ਹੁੰਦੇ ਹੀ ਨੇ, ਮਤਲਬ ਸਰਕਾਰ ਨੂੰ ਵੀ ਲੋਸ ਹੁੰਦਾ ਆ, ਗਵਰਨਮੈਂਟ ਨੂੰ, ਔਰ ਉਹਦੇ 'ਚ ਕੰਪਨੀ ਨੂੰ ਵੀ ਲੋਸ ਹੀ ਹੈ।
ਜਿੱਦਾਂ ਮੈਨੂੰ ਕਿ ਹੁਣ ਮੈਂ ਇਹਦੀ ਸਿੱਖ ਦਿਨਾਂ ਦੇ ਹਿਸਾਬ ਨਾਲ ਪਤਾ ਕਿ ਕਿੰਨਾ ਕਲਾਸ ਹੋਣ ਤੱਕ ਰਹਿੰਦਾ। ਸਰ ਤੁਸੀਂ 15 ਲੈਕ ਦੇ ਮਤਲਬ ਅਪਰੋਕਸ ਜੋ ਮੈਂ ਕਿਹਾ ਹੈਗਾ ਉਸ ਦੇ ਅਕੋਰਡਿੰਗ ਤੁਸੀਂ ਉਹ ਲਗਾ ਲਓ ਤੇ ਉਹਨਾਂ ਲੋਸ ਆ।